ਹਲਕਾ ਰਾਜਸਾਂਸੀ ਦੇ ਕਸਬਾ ਚੋਗਾਵਾਂ ਲਪੋਕੇ ਅਤੇ ਪਿੰਡ ਵੈਰੋਕੇ ਵਿਖੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਹੱਕ ਦੇ ਵਿੱਚ ਮਨਿੰਦਰ ਸਿੰਘ ਬਿੱਟੂ ਔਲਖ ਵੈਰੋਕੇ ਦੀ ਅਗਵਾਈ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਬਿੱਟੂ ਔਲਖ ਨੇ ਕਿਹਾ ਕਿ ਕੇਂਦਰ ਸਰਕਾਰ ਨੇ 550 ਸਾਲਾਂ ਦਿਵਸ ਦੇ ਮੌਕੇ 'ਤੇ 2 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਿਕ ਗੁਰਦੁਆਰਾ ਬਾਬੇ ਦੀ ਬੇਰ ਸਾਹਿਬ ਵੈਰੋਕੇ ਪਿੰਡ ਨੂੰ ਸੁੰਦਰ ਗ੍ਰਾਮ ਬਣਾਇਆ। ਮੋਦੀ ਸਰਕਾਰ ਨੇ ਗਰੀਬਾਂ ਨੂੰ ਕਣਕ ਕੱਚੇ ਮਕਾਨਾਂ ਦੀ ਥਾਂ ਪੱਕੇ ਮਕਾਨ ਅਤੇ ਗੈਸ ਸਿਲੰਡਰ ਦੀ ਸਹੂਲਤਾਂ ਵੀ ਲਾਗੂ ਕੀਤੀਆਂ ਹਨ। ਪੰਜਾਬ ਦੇ ਭਲੇ ਦੇ ਲਈ ਭਾਜਪਾ ਦੇ ਉਮੀਦਵਾਰ ਨੂੰ ਆਪਣਾ ਇੱਕ ਹੀ ਕੀਮਤੀ ਵੋਟ ਪਾ ਕੇ ਜਿਤਾਓ। ਇਸ ਮੌਕੇ ਤੇ ਸੁਖਦੀਪ ਸਿੰਘ, ਬਲਰਾਜ ਸਿੰਘ, ਦਲਬੀਰ ਸਿੰਘ, ਬਜਿੱਤਰ ਸਿੰਘ, ਅੰਗਰੇਜ਼ ਸਿੰਘ, ਮਲਕੀਤ ਸਿੰਘ, ਜਗਦੀਪ ਸਿੰਘ, ਅਜੀਤ ਸਿੰਘ, ਦਲੀਪ ਸਿੰਘ, ਬੂਟਾ ਸਿੰਘ, ਗੁਰਦੇਵ ਸਿੰਘ, ਮਨਜੀਤ ਸਿੰਘ, ਵਿਕਰਮਜੀਤ ਸਿੰਘ, ਗੁਰਲਾਲ ਸਿੰਘ, ਮਹਿੰਦਰ ਸਿੰਘ ਆਦਿ ਹਾਜ਼ਰ ਸਨ। ਇਸ ਵੇਲੇ ਅਸੀਂ ਬੜੀ ਇੱਕ ਇਤਿਹਾਸਿਕ ਜਗ੍ਹਾ ਜਿਹੜੀ ਤੁਸੀਂ ਪਿੱਛੇ ਵੇਖ ਰਹੇ ਹੋ, ਬਾਬਾ ਜੀ ਦੀ ਬੇਰ ਸਾਹਿਬ, ਗੁਰੂ ਨਾਨਕ ਸਾਹਿਬ ਦੀ ਚਰਨ ਛੋਹ ਪ੍ਰਾਪਤ ਇਹ ਨਗਰ ਹੈ ਜੀ। ਇਹ ਸੈਂਟਰ ਗੌਰਮੈਂਟ ਨੇ ਜਦੋਂ 550 ਸਾਲਾਂ ਇੱਥੇ ਹੋਇਆ ਸੀ, ਉਹਦੇ ਵਿੱਚ ਇਸ ਪਿੰਡ ਨੂੰ ਗੁਰੂ ਨਾਨਕ ਸਾਹਿਬ ਦੀ ਚਰਨ ਛੋਹ ਪ੍ਰਾਪਤ ਕਰਕੇ 2 ਕਰੋੜ ਰੁਪਇਆ ਗ੍ਰਾਂਟ ਸਪੈਸ਼ਲ ਦਿੱਤੀ ਸੀ। ਤੁਸੀਂ ਸਾਰੇ ਪਿੰਡ 'ਚ ਜਾ ਕੇ ਵੇਖੋ, ਸਾਰੇ ਪਿੰਡ 'ਚ ਇੰਟਰਲੋਕ ਟਾਇਲਸ, ਵਧੀਆ ਸੀਵਰੇਜ ਸਿਸਟਮ, ਵਧੀਆ ਫਿਰਨੀ ਬਣੀ ਹੋਈ ਆ। ਗੁਰਦੁਆਰਾ ਸਾਹਿਬ ਦੀ ਵੇਖੋ ਸ਼ਾਨ ਦੇਖੋ, ਇਹ ਸਾਰਾ ਕੁਛ ਨਰਿੰਦਰ ਮੋਦੀ ਜੀ ਦੀ ਪਾਲਿਸੀ ਤਹਿਤ ਹੋਇਆ। ਇਹ ਗਰੀਬਾਂ ਨੂੰ ਜਿਹੜੀ ਕਣਕ ਮਿਲ ਰਹੀ ਆ ਉਹ ਨਰਿੰਦਰ ਮੋਦੀ ਦੀ ਪਾਲਿਸੀ ਥੱਲੇ ਮਿਲ ਰਹੀ ਆ। ਜਿਹੜੇ ਕੱਚੇ ਤੋਂ ਪੱਕੇ ਕੋਠੇ ਹੋ ਰਹੇ ਆ ਉਹ ਉਹਨਾਂ ਦੀ ਪਾਲਿਸੀ 'ਤੇ ਹੋ ਰਹੇ ਨੇ। ਗੈਸ ਸਿਲੰਡਰ ਮਿਲ ਰਹੇ ਨੇ, ਹੋਰ ਕਈ ਸਹੂਲਤਾਂ ਨੇ। ਮੈਂ ਕਿਸਾਨ ਵੀਰ ਜਿਹੜੇ ਸਾਡਾ ਵਿਰੋਧ ਕਰ ਰਹੇ, ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਤੁਸੀਂ ਟੇਬਲ 'ਤੇ ਬਹਿ ਕੇ ਗੱਲ ਕਰੀਏ। ਆਪਾਂ ਸਾਰੇ ਕਿਸਾਨ ਵੀਰ ਹਾਂ, ਉਹਨਾਂ ਦੀ ਬਹੁਤ ਇੱਜ਼ਤ ਕਰਦੇ ਹਾਂ ਅਸੀਂ, ਪਰ ਐਜੀਟੇਸ਼ਨ ਕਰਨਾ, ਧਰਨੇ ਦੇਣਾ ਕੋਈ ਹੱਲ ਨਹੀਂ। ਅਸੀਂ ਵੀ ਨਾਲ ਹਾਂ ਤੁਹਾਡੇ।